ਚਿੱਠੀ ਜਿਹੜੀ ਹੈ ਕ੍ਰਾਈਮ ਬ੍ਰਾਂਚ CIA ਅਤੇ ਸਪੈਸ਼ਲ ਸੈੱਲ ਦੀ ਟੀਮਸ ਲੱਗੀ ਹੋਈ ਸੀ, ਇਹਨਾਂ ਨੇ ਸੁਲਝਾ ਲਈ ਹੈ। ਤਿੰਨ ਦਿਨ ਪਹਿਲੇ ਇੱਕ ਸਨੈਚਿੰਗ ਹੋਈ ਸੀ, ਇਨਫੋਰਮੇਸ਼ਨ ਆਈ ਕ੍ਰਾਈਮ ਬ੍ਰਾਂਚ ਇੰਚਾਰਜ ਪਿੱਛੇ ਲੱਗ ਕੇ, ਅਤੇ ਦੋ ਮੁੰਡੇ ਜਿਹੜੇ ਗ੍ਰਿਫਤਾਰ ਹੋਏ ਧਰੁਵ ਅਤੇ ਪਵਨ, ਜਿਹੜੇ ਦੋਨੋਂ ਜਲੰਧਰ ਦੇ ਰਹਿਣ ਵਾਲੇ, ਅਤੇ ਇਹ ਦੋਨੋਂ ਮੇਨ ਬੰਦੇ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀਗੀ ਵਕੀਲ ਸਾਹਿਬ ਦੇ ਘਰ। ਸਨੈਚਰਸ ਨੇ ਇਹਨਾਂ 'ਤੇ ਪਹਿਲਾਂ ਵੀ ਦੋ ਤਿੰਨ ਸਨੈਚਿੰਗ ਦੇ ਪਰਚੇ ਹੈ, ਲੈਦਰ ਕੰਪਲੈਕਸ ਦੇ ਨੇੜੇ ਇਹਨਾਂ ਨੇ ਸਨੈਚਿੰਗ ਕੀਤੀ ਸੀਗੀ, ਰੋਕਿਆ ਇਹਨਾਂ ਨੇ ਪੁਲਿਸ 'ਤੇ ਫਾਇਰਿੰਗ ਕੀਤੀ, ਜਵਾਬੀ ਫਾਇਰਿੰਗ ਸੀਗੀ, ਅੰਧੇਰਾ ਸੀਗਾ, 50 ਤੋਂ ਜ਼ਿਆਦਾ ਰਾਊਂਡ ਫਾਇਰ ਹੋਏ ਸਾਡੇ ਵੱਲੋਂ, ਤੁਹਾਡੇ ਵੱਲੋਂ, ਕਿਉਂਕਿ ਅੰਧੇਰਾ ਸੀਗਾ ਕਿ ਨਿਕਲ ਨਾ ਜਾਣ, ਦਬੇ ਰਹਿਣ, ਅਤੇ 25-30 ਮਿੰਟ ਤੱਕ ਫਾਇਰਿੰਗ ਚੱਲਦੀ ਰਹੀ ਦੂਜੇ ਪਾਸੋਂ ਵੀ। ਦੋਨਾਂ ਨੂੰ 3 ਗੋਲੀਆਂ ਲੱਗੀ, ਇੱਕ ਨਾ ਜਿਹੜਾ ਧਰੁਵ ਹੈ ਇਹਨੂੰ 2 ਗੋਲੀਆਂ ਲੱਗੀਆਂ, ਇਹ ਪਹਿਲਾਂ ਕ੍ਰਿਟੀਕਲ ਸੀਗਾ ਹੁਣ ਠੀਕ ਹੈ। ਪਵਨ ਜਿਹੜਾ ਹੈ ਇਹਨੂੰ 1 ਗੋਲੀ ਲੱਗੀ ਹੈ, ਮੁਲਾਜ਼ਮ ਬਚਾਅ ਹੋਏ ਸਾਰੇ। ਇਹਨਾਂ ਦੀ ਪੁਜੀਸ਼ਨ ਵਿੱਚੋਂ 315 ਬੋਰ ਦਾ ਇੱਕ ਕੰਟਰੀਮੇਡ ਵੈਪਨ ਅਤੇ 32 ਬੋਰ ਦੀ ਇੱਕ ਰਿਵੋਲਵਰ ਉਹ ਬਰਾਮਦ ਹੋਈ। ਓਪਰੇਸ਼ਨ ਆਪਾਂ ਸੀਕ੍ਰੇਟ ਹੀ ਰੱਖਿਆ ਸੀਗਾ ਕਿਉਂਕਿ ਇਹ ਬੇਸਿਕਲੀ ਐਗਜੀਕਿਊਟਰ ਸੀਗੇ, ਮੇਨ ਜਿਹੜੇ ਪਰਪਟਰੇਟਰ ਜਾਂ ਔਰਗਨਾਈਜ਼ਰ ਇਹ ਨਹੀਂ ਸੀਗੇ। ਇਹਨਾਂ ਦੀ ਇੰਟਰੋਗੇਸ਼ਨ 'ਚ ਗੁਰਪਾਲ ਏਲੀਅਸ ਗੋਪਾ ਕਰਕੇ ਇੱਕ ਵਿਅਕਤੀ ਹੈ ਜਿਹੜਾ ਕਪੂਰਥਲੇ ਦਾ ਰਹਿਣ ਵਾਲਾ ਹੈ, ਇਸ ਵੇਲੇ ਕੈਨੇਡਾ ਹੈ। ਪੁਰਾਣੇ ਪਰਚੇ ਉਹਦੇ 'ਤੇ, 3 ਪਰਚਿਆਂ 'ਚ ਉਹ PO ਵੀ ਹੈ, ਉਹਦੀ ਆਲਮੋਸਟ ਸਾਰੀ ਫੈਮਲੀ ਜਿਹੜੀ ਹੈ ਫੋਰਨ ਰਹਿੰਦੀ ਹੈ। ਇਹ ਮੇਨ ਬੰਦਾ ਸੀਗਾ ਜਿਹਨੇ ਇਹ ਔਰਗਨਾਈਜ਼ ਕਰਾਇਆ ਸੀਗਾ। ਇਹਦੇ ਨਾਲ ਇੱਕ ਹੋਰ ਨੋਮੀਨੇਟਿਡ ਬੰਦਾ ਹੈ ਸ਼ੁਭਮ ਟਾਂਡੇ ਦਾ, ਇਹ ਉਹ ਬੰਦਾ ਜਿਹਨੇ ਕਰਤੂਸ ਧਰੁਵ ਅਤੇ ਪਵਨ ਨੂੰ ਦਿਲਾਏ ਸੀਗੇ, ਇਹਨੂੰ ਵੀ ਨੋਮੀਨੇਟ ਕੀਤਾ, ਨਾਲ ਹੀ 3 ਹੋਰ ਬੰਦੇ ਨੋਮੀਨੇਟ ਕੀਤੇ। ਓਪਰੇਸ਼ਨ ਪਿਛਲੇ 2-3 ਦਿਨ ਤੋਂ ਜਦ ਚੱਲ ਰਿਹਾ ਸੀਗਾ, 3 ਹੋਰ ਬੰਦੇ ਆਪਾਂ ਗ੍ਰਿਫਤਾਰ ਕੀਤੇ। ਇੱਕ ਜਤਿੰਦਰ ਹੈ ਕਰਤਾਰਪੁਰ ਦਾ ਰਹਿਣ ਵਾਲਾ, 2 ਪਰਚੇ ਹੈ ਪਹਿਲਾਂ ਇਹਦੇ 'ਤੇ, ਅਤੇ ਇਹ ਉਹ ਵਿਅਕਤੀ ਹੈ ਜਿਹਨੇ ਐਮੂਨੇਸ਼ਨ ਦਿੱਤਾ ਸੀਗਾ ਜਿਹੜੇ ਸ਼ੂਟਰ ਸੀ, ਨਹੀਂ ਜਤਿੰਦਰ ਨੇ, ਸ਼ੁਭਮ ਦੇ, ਹਾਂ ਸ਼ੁਭਮ ਦੇ ਕਹਿੰਦੇ ਜਿਹੜਾ ਜਤਿੰਦਰ ਜਿਹੜਾ ਮੈਟਰ ਆਫ ਇਨਵੈਸਟੀਗੇਸ਼ਨ ਕਰ ਰਹੇ, ਇਨਵੈਸਟੀਗੇਟ ਕਰ ਰਹੇ ਕਿ ਹਥਿਆਰ ਤਸਕਰ ਹੈ ਜਾਂ ਇਹਨੇ ਆਪ ਜਾ ਕੇ ਯੂਪੀ ਤੋਂ ਲੈ ਕੇ, ਨਹੀਂ ਇਹ ਮੈਟਰ ਆਫ ਇਨਵੈਸਟੀਗੇਸ਼ਨ ਕਰ ਰਹੇ ਇਨਵੈਸਟੀਗੇਟ ਨੂੰ ਕਿ ਕਿੱਥੋਂ ਲੈ ਕੇ ਆਇਆ ਸੀਗਾ। ਸਰ ਇੱਕ ਮੇਨ ਸਭ ਤੁਹਾਡੀ ਗੱਲ ਜਿਹੜੀ ਹੁਣ ਤੱਕ ਥੋੜੀ ਜਿਹੀ ਕਲੀਅਰ ਕਰਾ ਦਿਓ ਕਿ ਇਹ ਦੋਨੇ ਸਨੇਚਰ ਜਿੰਨਾ ਗੁਰੂ ਚਲਾਉਂਦੇ ਜਿਨ੍ਹਾਂ ਨੇ ਪ੍ਰੋਵਾਈਡ ਕਰਾਇਆ ਉਹ 2-3 ਬੰਦੇ ਹੋਰ ਨੇ ਜਿਹੜੇ, ਨਹੀਂ ਨਹੀਂ ਜਿਹੜਾ ਮੇਨ ਬੰਦਾ ਉਹ ਬਾਹਰ ਬੈਠਾ ਹੈ, ਉਹਦੇ ਨਾਲ ਇੱਕ ਹੋਰ ਐਸੋਸੀਏਟਡ ਐਸੋਸੀਏਟ ਹੈ ਸ਼ੁਭਮ, ਉਹ 2-3 ਹੋਰ ਲੋਕਾਂ ਨੂੰ ਜਾਣਦੇ, ਸਤਬੀਰ ਅਤੇ ਸਤਿੰਦਰ। ਇਹ ਇੱਕ ਸਤਿੰਦਰ ਤਾਂ ਹੁਸ਼ਿਆਰਪੁਰ ਦਾ ਹੈ, ਸਤਬੀਰ ਇੱਥੇ ਲੋਕਲ। ਇਹਨਾਂ ਨੇ ਵੈਪਨ ਸਪਲਾਈ ਕੀਤਾ ਸੀਗਾ ਗੋਪੇ ਦੇ ਕਹਿਣ ਤੋਂ। ਗੋਪੇ ਦਾ ਇੱਕ ਹੋਰ ਐਸੋਸੀਏਟ ਹੈ ਸ਼ੁਭਮ ਟਾਂਡੇ ਦਾ ਜਿਹੜਾ ਬਾਹਰ ਬੈਠਾ ਉਹਦੇ ਨਾਲ ਹੀ ਹੈ, ਉਹਨੇ ਜਤਿੰਦਰ ਨੂੰ ਕਹਿ ਕੇ ਐਮੂਨੇਸ਼ਨ ਸਪਲਾਈ ਕਰਾਇਆ ਸੀ। ਰੀਜ਼ਨ ਹਾਲੇ ਤੱਕ ਤਾਂ ਇਹ ਆਇਆ ਇਹਨਾਂ ਦਾ ਵਕੀਲ ਜਿਹੜਾ ਹੈ ਉਹ ਕਿਸੇ ਪ੍ਰੋਪਰਟੀ ਡਿਸਪਿਊਟ 'ਤੇ ਕੰਮ ਕਰ ਰਿਹਾ ਸੀਗਾ। ਹੁਣ ਬੇਸਡ ਔਨ ਫੈਕਟਸ ਹਾਲੇ ਤੱਕ ਇੰਨਾ ਕਲੀਅਰ ਨਹੀਂ ਹੈ ਕਿ ਗੋਲੀ ਖੁਦ ਚੱਲੀ ਹੈ ਜਾਂ ਓਪੋਜ਼ਿਟ ਪਾਰਟੀ ਨੇ ਚਲਾਈ ਹੈ। ਹਾਲੇ ਤੱਕ ਤਾਂ ਸਿਰਫ ਹੇਅਰ ਸੇ ਐਵੀਡੈਂਸ ਹੈ ਸਾਡੇ ਕੋਲ, ਪਰ ਜਦ ਕੋਈ ਪੁਖਤਾ ਐਵੀਡੈਂਸ ਆ ਜਾਏਗਾ ਦੈਨ ਵੀਲ ਲੈਟ ਯੂ ਨੋ। ਹੁਣ ਤੱਕ ਇਹ ਸਾਰਾ ਫੈਕਟ ਹੈ ਜਿਹੜਾ ਤੁਹਾਨੂੰ ਦੱਸ ਰਹੇ ਹੈ। ਸੁਪਾਰੀ ਜੀ 50,000 ਦੀ ਡੀਲ ਹੋਈ ਸੀਗੀ, 50,000 ਦੀ ਗੋਪੇ ਨੇ ਜਿਹੜਾ ਹੈ 25,000 ਇਹਨਾਂ ਦੇ ਬੈਂਕ ਅਕਾਊਂਟ 'ਚ ਪਾ ਚੁੱਕਿਆ ਸੀਗਾ। ਹਾਂ ਵਿਦੇਸ਼ ਤੋਂ ਨਿਕਲਦਾ,
ਧਰੁਵ ਤੇ ਪਵਨ ਉਹ ਸਾਡੇ ਕੋਲ ਪੂਰਾ ਰਿਕਾਰਡ ਹੈ। ਪਿੱਛੇ ਜਿਹੜਾ ਗੋਪਾ ਹੈ ਉਹਨੂੰ ਕਿਹਨੇ ਕਿਹਾ ਹੈ ਉਹ ਸਿਰਫ ਹੇਅਰ ਸੇ ਹੈ, ਉਹ ਫੈਕਟ ਸਾਡੇ ਕੋਲ ਹੁਣ ਨਹੀਂ, ਇਸ ਲਈ ਮੈਂ ਉਹ ਡਿਸਕਸ ਨਹੀਂ ਕਰਾਂਗਾ। ਹਾਲੇ ਤੱਕ ਕੋਈ ਲਿੰਕ ਨਹੀਂ ਨਿਕਲ, ਹਾਲੇ ਤੱਕ ਨਹੀਂ ਆਇਆ। ਗੋਪੇ ਨੇ ਦਿੱਤੀ ਸੀ ਇਹਦੇ ਨਾਲ, ਸਾਨੂੰ ਕੁਛ ਤਾਂ ਪਤਾ ਹੈ ਬਟ ਇਟ ਇਜ਼ ਨੋਟ ਫੈਕਚੁਅਲੀ ਕਰੈਕਟ ਜਾਂ ਇਨਕਰੈਕਟ ਵੀ ਨਹੀਂ ਕਹਿ ਸਕਦੇ। ਜਦ ਫੈਕਚੁਅਲੀ ਕਰੈਕਟ ਹੋਊਗਾ ਸਾਡੇ ਕੋਲ ਕੋਈ ਐਵੀਡੈਂਸ ਹੋਊਗਾ ਉਹ ਤੁਹਾਨੂੰ ਬਰੀਫ ਨਹੀਂ, ਸੰਦਿਗ ਨਹੀਂ, ਕਿਸੇ ਦਾ ਨਾਲ ਲੈ ਲੈਣਾ ਇਸ ਟਾਈਮ ਤੇ ਕਿਸੇ ਦਾ ਨਾਲ ਲੈਣਾ ਉਚਿਤ ਨਹੀਂ ਜੀ।